ਥੋੜ੍ਹੇ ਚਿਰ ਬਾਅਦ ਲੱਗਣੇ ਲੱਗ ਪੈਂਦਾ ਹੈ ਕਿ ਇਹ ਇੰਨੀ ਤੁਹਾਡੀ ਤਾਰੀਫ ਨਹੀਂ ਕਰ ਰਿਹਾ, ਤੁਹਾਡੀ ਤਾਰੀਫ ਕਰਨ ਦੇ ਬਹਾਨੇ ਨਾਲ ਇਹ ਸ਼ਬਦਾਂ ਨਾਲ ਖੇਡਦਾ ਔਰ ਉਹਨਾਂ ਦਾ ਇੱਕ ਇਹੋ ਜਿਹਾ ਜਲੌ ਪੈਦਾ ਕਰਕੇ ਇਹ ਸਾਰਾ ਧਿਆਨ ਆਪਣੇ ਵੱਲ ਆਕਰਸ਼ਿਤ ਕਰ ਲੈਂਦਾ। ਤਾਰੀਫ ਦੂਜੇ ਦੀ ਹੁੰਦੀ ਆ ਅਤੇ ਧਿਆਨ ਇਹ ਆਪਣੇ ਵੱਲ ਖਿੱਚ ਲੈਂਦਾ। ਔਰ ਇਹਦੀ ਇਸ ਕਲਾ ਕੌਸ਼ਲਤਾ ਵਾਸਤੇ ਇਹਨੂੰ ਮੁਬਾਰਕਬਾਦ ਦਿੰਦੇ ਹਾਂ। ਔਰ ਪ੍ਰਧਾਨਗੀ ਮੰਡਲ 'ਚ ਬੈਠੀਆਂ ਸਾਰੀਆਂ ਜਿਹੜੀਆਂ ਹਸਤੀਆਂ ਨੇ, ਮੇਰੀਆਂ ਬਹੁਤ ਪਿਆਰੀਆਂ ਮਾਣਯੋਗ ਸੁਰਜੀਤ ਪਾਤਰ, ਸੁਰਜੀਤ ਪਾਤਰ, ਗੁਰਭਜਨ ਗਿੱਲ, ਇਹ ਸਾਰੇ ਮੇਰੀ ਦੇਹ ਜਾਨ ਨੇ। ਮੈਨੂੰ ਸੁਰਜੀਤ ਪਾਤਰ ਬਾਰੇ ਗੱਲਾਂ ਕਰਕੇ, ਉਹਦੇ ਪ੍ਰਤੀ ਆਪਣੇ ਪਿਆਰ ਦਾ ਇਜ਼ਹਾਰ ਕਰਕੇ, ਉਹਦੀ ਸ਼ਾਇਰੀ ਨੂੰ ਸਲਾਮ ਕਰਦਿਆਂ ਹੋਇਆਂ ਸਦਾ ਬੜਾ ਗੌਰਵ ਅਨੁਭਵ ਹੁੰਦਾ ਹੈ। ਔਰ ਇਹ ਸੱਚੀ ਗੱਲ ਲੱਗਦੀ ਹੈ ਕਿ ਜਦੋਂ ਸੁਰਜੀਤ ਪਾਤਰ ਬਾਰੇ ਗੱਲ ਕਰ ਰਹੇ ਹੁੰਦੇ ਹਾਂ ਅਤੇ ਮੈਂ ਵੀ ਕਿਸੇ ਨੂੰ ਜਦੋਂ ਇਹ ਦੱਸਦਾ ਹੈ ਕਿ ਸੁਰਜੀਤ ਪਾਤਰ ਮੇਰਾ ਮਿੱਤਰ ਹੈ, ਤਾਂ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੁੰਦੀ ਹੈ। ਸਾਡਾ ਕਈ ਕਈ ਬੰਦਿਆਂ ਨੂੰ ਨਾ ਗੱਲ ਵਧਾ ਚੜ੍ਹਾ ਕੇ ਪੇਸ਼ ਕਰਨ ਦੀ ਆਦਤ ਹੁੰਦੀ ਹੈ। ਮੈਂ ਰਾਤੀ ਗੱਲ ਕਰਦਾ ਪਿਆ ਸਾਂ, ਸਾਡਾ ਇੱਕ ਸੋਹਣ ਸੋ ਨਿਹੰਗ ਹੁੰਦਾ ਸੀ ਸਾਡੇ ਪਿੰਡ ਦਾ, ਉਹਨੇ ਕਿਸੇ ਦੀ ਤਾਰੀਫ ਕਰਨੀ ਤਾਂ ਉਹਨੇ ਕਹਿਣਾ ਉਹ ਮਹਿੰਦਰ ਸੋ। ਉਹ ਬੱਲੇ ਬੱਲੇ ਕਿਆ ਬਾਤਾਂ ਸੀ ਜੱਟ ਦੀਆਂ ਕਿ ਉਹਦੀ ਤਾਂ ਹਵੇਲੀ ਤੋਂ ਵੀ ਜਦੋਂ ਚਨੌਰ ਲੰਘਦਾ ਸੀ ਨਾ ਤੇ ਪੁੱਛ ਕੇ ਲੰਘਦਾ ਸੀ, ਸਰਦਾਰ ਮਹਿੰਦਰ ਸਾਹਿਬ ਮੈਂ ਲੰਘ ਜਾਵਾਂ ਤੇਰੀ ਹਵੇਲੀ। ਇੰਨੀ ਗੱਲ ਕਹਿ ਕੇ ਫਿਰ ਉਹਦੇ ਮਗਰੋਂ ਆਖਦਾ ਆਪਣੇ ਬੜੇ ਚੰਗੇ ਤਲਕਾਤ ਸੀ ਮਹਿੰਦਰ ਸੋ ਦੇ ਨਾਲ, ਇਕੱਠੇ ਕੌਡੀ ਖੇਡਦੇ ਰਹੇ ਅੱਜ ਵਾਦੀ ਵੇਲੇ। ਤਾਂ ਪਾਤਰ ਸਾਹਿਬ ਦੀ ਗੱਲ ਕਰਦੇ ਹੋਇਆ ਨਾ ਅਸੀਂ ਵੀ ਸੋਹਣ ਸੋ ਨਿਹੰਗ ਵਾਂਗੂ ਫਿਰ ਆਖਦੇ ਹਾਂ ਆਪਣੇ ਬੜੇ ਚੰਗੇ ਤਲਕਾਤ ਨੇ ਸੁਰਜੀਤ ਪਾਤਰ ਵਾਲ ਨਾਲ, ਮਤਲਬ ਪਾਤਰ ਦੇ ਹਾਲਾਤ ਦੇ ਨਾਲ ਆਪਣੇ ਨਾਮ ਨੂੰ ਜੋੜ ਕੇ ਪ੍ਰਿਆਪ ਸਿੰਧ ਨੂੰ ਵੀ ਵੱਡਾ ਵੱਡਾ ਮਹਿਸੂਸ ਕਰਦਾ। ਉਹ ਇਸ ਵੇਲੇ ਸਾਡੇ ਸਾਹਮਣੇ ਨੇ ਬੈਠੇ ਹੋਏ, ਜਗਦੇ ਹੋਏ ਚਿਰਾਗ, ਸ਼ਾਇਰੀ ਦੇ ਵੀ ਸ਼ਖਸੀਅਤ ਦੇ ਵੀ ਮੋਹਬੰਤੇ ਗੁਰਭਜਨ ਗਿੱਲ, ਚੜ੍ਹਦੀ ਜਵਾਨੀ ਤੋਂ ਚੜ੍ਹਦੀ ਸ਼ਾਇਰੀ ਤੋਂ ਇੰਨੀ ਮੁਹੱਬਤ ਕਰਦਾ ਹੈ, ਇੰਨਾ ਪਿਆਰ ਦਿੰਦਾ ਹੈ ਕਿ ਛੋਟੇ ਵੀਰ ਦੀ ਮੁਹੱਬਤ ਅੱਗੇ ਸਦਾ ਸਿਰ ਝੁਕਦਾ ਹੈ। ਕਈ ਵਾਰ ਇਹਦੀ ਮੁਹੱਬਤ ਇੰਨੀ ਅਲੋਪ ਜਿਹੀ ਛੁਪਵੀਂ ਜਿਹੀ ਹੁੰਦੀ ਆ ਕਿ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਵੀ ਇਹ ਕਦੋਂ ਤੁਹਾਡੇ ਨਾਲ ਆਪਣਾ ਲਾਡ ਲਡਾ ਗਿਆ ਹੁੰਦਾ। ਇੱਕ ਵਾਰ ਲੁਧਿਆਣੇ ਦੀ ਕਿਸੇ ਸੰਸਥਾ ਨੇ ਪੰਜਾਬ ਦੇ ਕੁਝ ਬਿਹਤਰੀਨ ਸਕੂਲ ਅਧਿਆਪਕਾਂ ਦਾ ਸਨਮਾਨ ਕਰਨਾ ਸੀ ਤੇ ਉਹਨਾਂ ਵਿੱਚ ਅਖਬਾਰ 'ਚ ਖਬਰ ਆ ਗਈ ਮੇਰੀ ਘਰਵਾਲੀ ਰਜਵੰਤ ਕੌਰ ਸੰਧ ਦਾ ਸਨਮਾਨ ਹੋ ਰਿਹਾ। ਮੈਂ ਹੈਰਾਨ ਵੀ ਰਜਵੰਤ ਕੌਰ ਵੀ ਨਾ ਕਿਤੇ ਤੂੰ ਆਪਣਾ ਬਾਇਓਡਾਟਾ ਭੇਜਿਆ, ਨਾ ਤੇਰੀ ਅਧਿਆਪਕ ਸ਼ੋਹਰਤ ਦਾ ਕਿਸੇ ਨੂੰ ਕੋਈ ਗਿਆਨ ਹੈਗਾ ਆ, ਇਸ ਅਦਾਰੇ ਤੱਕ ਤੇਰੀ ਯੋਗਤਾ ਕਿਵੇਂ ਪਹੁੰਚ ਗਈ। ਫਿਰ ਮੈਂ ਸੋਚਦਿਆਂ ਮੈਂ ਇਸ ਅਦਾਰੇ ਦੇ ਪਿੱਛੇ ਨਾ ਕਿਤੇ ਗੁਰਭਜਨ ਗਿੱਲ ਜੁੜਿਆ ਹੋਣਾ ਦੱਸਾਂ ਮੈਂ, ਹੈਂ ਤੇ ਉਹ ਸੱਚੀ ਗੱਲ ਉਹ ਹੀ ਨਿਕਲੀ। ਤੋ ਮਤਲਬ ਕਹਿਣ ਤੋਂ ਮੇਰਾ ਇਹ ਆ
ਇਹ ਨਾ ਸਮਝੋ ਕਿ ਮੈਨੂੰ 45 ਮਿੰਟ ਮਿਲੇ ਆ ਤੇ ਮੈਂ ਇਹਨਾਂ ਗੱਲਾਂ ਦੇ ਨਾਲ ਹੀ ਲਗਾ ਦਿੰਦੇ ਹਾਂ। ਪਰ ਇਹ ਵੀ ਗੱਲਾਂ ਕਰਨ ਵਾਲੀਆਂ ਨੇ, ਇਹ ਵੀ ਗੱਲਾਂ ਕਰਨ ਵਾਲੀਆਂ ਨੇ। ਤੋ ਜਦੋਂ ਇੱਥੇ ਓਲਡ ਕ੍ਰੀਕ ਗੁਰਦੁਆਰੇ ਦੇ ਬਾਰੇ ਸ਼ਰਧਾਂਜਲੀ ਦੇਣ ਦੀ ਗੱਲ ਹੋ ਰਹੀ ਸੀ ਸ਼ੁਰੂ, ਤੇ ਮੇਰੇ ਕੋਲ ਸੁਖਵਿੰਦਰ ਕੰਬੋਜ ਗਿਆ ਤੇ ਮੈਂ ਉਹਨੂੰ ਕਿਹਾ ਕਿ ਬਈ ਇਹਦੇ ਵਾਸਤੇ ਨਾ, ਪਹਿਲੇ ਸੁਰਜੀਤ ਪਾਤਰ ਹੋਰਾਂ ਦਾ ਵੀ ਸੀਗਾ, ਪਰ ਫਿਰ ਮੈਂ ਆਖਿਆ ਵੀ ਸਭ ਤੋਂ ਢੁਕਵਾਂ ਬੰਦਾ ਸਾਡਾ ਜਿਹੜਾ ਨਾ, ਇੱਕ ਤੇ ਸਾਡੀ ਪੰਜਾਬੀ ਸਾਹਿਤ ਅਕੈਡਮੀ ਦਾ ਪ੍ਰਧਾਨ, ਤੇ ਦੂਜਾ ਮੈਂ ਕਿਹਾ ਕਿ ਸਾਡਾ ਇਹ ਸਾਹਿਤਕ ਸਿਆਸਤਦਾਨ ਹੈ। ਇਹ ਲਾਡ ਦੇ ਨਾਲ ਗੁੱਸਾ ਕਰਦਾ ਸੀ, ਕਹਿੰਦਾ ਵੀ ਮੈਨੂੰ ਤੁਸੀਂ ਆਪ ਹੀ ਪਹਿਲਾਂ ਖੜਿਆ ਕਰਦੇ ਹੋ ਫਿਰ ਤੁਸੀਂ ਮਜ਼ਾਕ ਕਰਦੇ ਹੋ ਮੇਰਾ, ਹੈਂ। ਮੈਂ ਕਿਹਾ ਮੈਂ ਉੱਥੇ ਤੇ ਇਹ ਥੋੜ੍ਹਾ ਜਿਹਾ ਰੰਜ ਦਿਸਦਾ ਸੀਗਾ, ਪਰ ਮੈਂ ਇੱਥੇ ਹੁਣ ਮੰਚ ਤੇ ਇਹ ਕਹਿਣਾ ਚਾਹੁੰਦਾ ਹਾਂ ਕਿ ਸਾਹਿਤਕ ਸਿਆਸਤਦਾਨ ਹੋਣਾ ਕੋਈ ਮਾੜੀ ਗੱਲ ਨਹੀਂ। ਸਾਹਿਤ ਦੀ ਵੀ ਇੱਕ ਆਪਣੀ ਸਿਆਸਤ ਹੁੰਦੀ ਹੈ, ਔਰ ਉਸ ਸਿਆਸਤ ਦੇ ਨਾਲ ਜੁੜਨਾ, ਉਹਨੂੰ ਸਮਝਣਾ, ਔਰ ਉਹਦੀ ਦਿਸ਼ਾ ਦੇ ਵਿੱਚੋਂ ਲੋਕਾਂ ਨੂੰ ਜ਼ਿੰਦਗੀ ਦੀ ਦਿਸ਼ਾ ਦੇਣੀ, ਇਹ ਇੱਕ ਸਾਹਿਤਕਾਰ ਦਾ ਕਰ। ਜਦੋਂ ਇੱਥੇ ਹੁਣੇ ਗੱਲ ਕਰ ਰਹੀ ਨਾ, ਅਲੀਟ ਦੀ ਗੱਲ ਨਹੀਂ ਹੁੰਦੀ ਜੀ ਲਿਟਰੇਚਰ ਦੇ ਵਿੱਚ, ਇਹ ਮਾੜਿਆਂ ਧੀੜਿਆਂ ਦੀ ਗੱਲ ਹੁੰਦੀ ਹੈ, ਜਿਹੜੇ ਇੱਥੇ ਆ ਕੇ ਐਸਟੈਬਲਿਸ਼ ਹੋਏ ਕਿਸਾਨ ਜੱਟ ਬੂਟ, ਉਹਨਾਂ ਦੀ ਗੱਲ ਹੁੰਦੀ ਹੈ। ਜਾਂ ਪੰਜਾਬ ਦੇ ਵਿੱਚ ਵੀ ਉਹਨਾਂ ਲੋਕਾਂ ਦੀ, ਹੀਰੋ ਸਾਈਕਲ ਵਾਲਿਆਂ ਦੀ ਗੱਲ ਕਿਉਂ ਨਹੀਂ ਹੁੰਦੀ? ਉਹ ਭਾਈ ਸਿੱਖੋ, ਉਹਨਾਂ ਨੂੰ ਤਾਂ ਤੁਹਾਡੇ ਲਿਟਰੇਚਰ ਦੀ ਲੋੜ ਹੀ ਕੋਈ ਨਹੀਂ ਗੀ ਹੈਗੀ, ਨਾ ਉਹਨਾਂ ਨੂੰ ਤੁਹਾਡੀ ਲੋੜ ਹੈ, ਤੁਹਾਡੀ ਮੁਹੱਬਤ ਦੀ ਲੋੜ ਹੈ, ਨਾ ਤੁਹਾਡੇ ਸਾਹਿਤ ਦੀ ਲੋੜ ਹੈ। ਇਹ ਸਾਹਿਤ ਦੀ ਸਿਆਸਤ ਤਾਂ ਸਾਡੇ ਬਾਬੇ ਨੇ ਉਦੋਂ ਹੀ ਦੱਸ ਦਿੱਤੀ ਸੀ ਜਦੋਂ ਉਹਨੇ ਕਿਹਾ ਸੀ ਨੀਚਾ ਅੰਦਰ ਨੀਚ ਜ਼ਾਤ, ਨੀਚੀ ਮੂੰਹ ਅਤ ਨੀਚ, ਨਾਨਕ ਤਿੰਨ ਕੇ ਸੰਗ ਸਾਥ, ਵੱਡਿਆ ਸਿਉ ਕਿਆ ਰੀਸ। ਕਈ ਵਾਰ ਇਹਨੂੰ ਅਸੀਂ ਬੜੇ ਸਹਿਜ ਰੂਪ ਵਿੱਚ ਲਿਆ ਲੈਂਦੇ ਹਾਂ ਵੀ ਬਾਬੇ ਨੇ ਕਿਹਾ ਵੀ ਨੀਚਾ ਅੰਦਰ, ਮੈਂ ਵੀ ਨੀਚ ਹਾਂ ਤੇ ਮੇਰਾ ਉਹਨਾਂ ਦੇ ਨਾਲ ਸੰਗ ਸਾਥ ਹੈ, ਮੇਰੇ ਵੱਡਿਆਂ ਨਾਲ ਕੋਈ ਰੀਸ ਨਹੀਂ। ਮੈਂ ਉਹਨੂੰ ਜਦੋਂ ਧਿਆਨ ਦੇ ਨਾਲ ਪੜ੍ਹਿਆ ਤੇ ਮੈਂ ਦੇਖਿਆ ਜਦੋਂ ਬਾਬਾ ਜੀ ਕਹਿ ਰਹੇ ਨੇ ਕਿ ਨੀਚਾ ਅੰਦਰ ਨੀਚ ਜ਼ਾਤ, ਤਾਂ ਅਸਲ 'ਚ ਇਹ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਜ਼ਾਤਾਂ ਨੂੰ ਅਸੀਂ ਤਥਾ ਕਥਿਤ ਨੀਵੀਆਂ ਆਖਦੇ ਹਾਂ ਨਾ, ਉਹਨਾਂ ਨੀਵੀਆਂ ਜਾਤਾਂ ਵਿੱਚ ਵੀ ਨੀਵੀਂ ਦਰ ਨੀਵੀਂ ਦਰ ਨੀਵੀਂ ਜ਼ਾਤ ਹੁੰਦੀ ਹੈ, ਉਹਨਾਂ ਵਿੱਚ ਵੀ ਨੀਵੀਂ ਦਰ ਨੀਵੀਂ ਦਰ ਨੀਵੀਂ ਜ਼ਾਤ ਹੁੰਦੀ ਹੈ। ਤੇ ਬਾਬਾ ਜੀ ਇਹ ਨਹੀਂ ਕਹਿੰਦੇ ਕਿ ਮੈਂ ਨੀਵੀਂ ਜ਼ਾਤ ਵਾਲਿਆਂ ਦੇ ਨਾਲ ਆਇਡੈਂਟੀਫਾਈ ਕਰਦਾ, ਉਹ ਕਹਿੰਦੇ ਨਾ ਮੈਂ ਨੀਵੀਂ ਜ਼ਾਤ ਵਾਲਿਆਂ ਵਿੱਚੋਂ ਵੀ ਦਰਜੇਬੰਦੀ ਵਿੱਚ ਜਿਹੜਾ ਸਭ ਤੋਂ ਵੱਧ ਨੀਚ ਹੈ ਕਿਹਾ ਜਾਂਦਾ, ਮੈਂ ਉਹਦੇ ਨਾਲ ਖੜੋਤਾ, ਔਰ ਮੈਂ ਉਹਦੇ ਨਾਲ ਖੜੋਤਾ ਜਦੋਂ ਤੇ ਮੇਰਾ ਵੱਡਿਆਂ ਦੇ ਨਾਲ ਨਾ ਕੋਈ ਰੀਸ ਹੈ, ਸਗੋਂ ਮੇਰਾ ਵੱਡਿਆਂ ਦੇ ਨਾਲ ਵਰੋਹ ਦੇ ਵੱਡੇ ਹੋ ਜਿਹੜੇ ਖੁਰਾਸਾਨ ਖਸਮਾਂ ਨਾ ਕੀਆ ਹਿੰਦੁਸਤਾਨ ਡਰਾਇਆ, ਏਤੀ ਮਾਰ ਪਈ ਕੁਰਲਾਣੇ ਤੈਂ ਕੀ ਦਰਦ ਨਾ ਹੈ। ਔਰ ਸਾਡੇ ਬਾਬੇ ਨੇ ਹੀ ਇਹ ਫੈਸਲਾ ਕਰ ਦਿੱਤਾ ਸੀ ਕਿ ਸਾਹਿਤਕਾਰ ਦਾ ਕਰਤੱਵ ਕੀ ਹੋਣਾ ਚਾਹੀਦਾ ਹੈ, ਜਦੋਂ ਨੇ ਕਿਹਾ ਸੀ ਸੱਚ ਸੁਣਾਇਆ ਸੀ ਸੱਚ ਕੀ ਬੇਲਾ। ਤੋ ਸੱਚ ਦੀ ਆਵਾਜ਼ ਬੁਲੰਦ ਕਰਨੀ, ਇਹ ਸਾਡੇ ਬਾਬੇ ਨੇ ਸਾਨੂੰ ਦੱਸਿਆ। ਮੈਂ ਇੱਕ ਵਾਰ
ਸੁਰਜੀਤ ਪਾਤਰ ਹੋਣਾਂ ਦੇ ਬਾਰੇ ਵਧੀਆ ਪਾਣੀ ਫੜੇ ਦੇ ਦਿਓ ਕਿਉਂਕਿ ਮੈਂ ਫੜਾ ਦਿਓ ਕੋਈ ਨਹੀਂ ਪਾਤਰ ਦਾ ਜੁੱਤਾ ਵੀ ਹੋਊਗਾ ਤੇ ਚੰਗੀ ਗੱਲ ਆ ਨਹੀਂ ਨਹੀਂ ਉਹ ਸੋਹਣ ਸਿੰਘ ਸੀਤਲ ਵਾਲਾ ਲਿਖਿਆ ਕਿਤੇ ਉਹ ਕਹਿੰਦੇ ਕਿ ਇੱਕ ਅਕਾਲੀ ਆਗੂ ਹੁੰਦੇ ਸੀ ਬਾਬਾ ਫਤਿਹ ਸਿੰਘ ਮਾਂਗਾ ਉਹ ਕਹਿੰਦੇ ਲੰਗਰ 'ਚ ਪ੍ਰਸ਼ਾਦਾ ਛਕਦੇ ਪਏ ਸੀ ਤੇ ਉਹਨਾਂ ਦੇ ਗਲਾਸ ਪਾਣੀ ਨਹੀਂ ਸੀ ਉਹ ਸੀਤਲ ਜੀ ਕਹਿੰਦੇ ਕਿ ਉਹਨਾਂ ਨੇ ਮੇਰੇ ਢਾਡੀ ਸਾਥੀ ਦਾ ਲਾਗੋ ਗਲਾਸ ਚੁੱਕ ਕੇ ਤੇ ਪਾਣੀ ਪੀ ਲਿਆ ਤੇ ਉਹ ਕਹਿੰਦਾ ਉਹ ਬਾਬਾ ਜੀ ਇਹ ਕੀ ਕੀਤਾ ਹੈ ਤੇ ਮੇਰਾ ਝੂਠਾ ਸੀ ਉਹ ਕਹਿੰਦੇ ਕੋਈ ਨਹੀਂ ਸਿੰਘ ਦਾ ਝੂਠਾ ਕਿਹੜਾ ਕੁੱਤੇ ਦਾ ਝੂਠਾ ਸੀਗਾ ਤੇ ਸੁਰਜੀਤ ਪਾਤਰ ਦਾ ਝੂਠਾ ਪਾਣੀ ਮਿਲ ਜਾਵੇ ਕਿਸੇ ਨੂੰ ਤੇ ਜਿਵੇਂ ਸੁੱਚਾ ਹੋ ਗਿਆ ਮੈਂ ਪਾਤਰ ਬਾਰੇ ਬੋਲਦੇ ਮੈਂ ਗੱਲ ਕੀਤੀ ਸੀ ਕਿ ਅਸੀਂ ਪੰਜਾਬੀ ਜਿਹੜੇ ਆ ਤੇ ਅਸੀਂ ਸ਼ਬਦ ਦੇ ਸ਼ਾਇਰੀ ਦੇ ਸੁਰ ਦੇ ਪੁੱਤਰ ਅਸੀਂ ਸ਼ਾਇਰੀ ਦੇ ਜੰਮੇ ਜਾਏ ਬਾਬਾ ਨਾਨਕ ਜਿੱਥੇ ਵੀ ਜਾਂਦਾ ਸੀ ਸਭ ਤੋਂ ਪਹਿਲਾਂ ਇਹ ਆਖਦਾ ਸੀ ਮਰਦਾਨਿਆਂ ਰਬਾਬ ਵਜਾ ਤੇ ਫਿਰ ਮਰਦਾਨਾ ਰਬਾਬ ਵਜਾਉਂਦਾ ਸੀ ਸੰਗੀਤ ਦੀਆਂ ਜਿਹੜੀਆਂ ਧੁਨਾਂ ਸਨ ਉਹ ਮਨ ਦੇ ਵਿੱਚ ਜਦੋਂ ਸਿਆੜ ਵਹਿੰਦੀਆਂ ਸਨ